ਜ਼ਾਲਮ ਤੁਹਾਡੇ ਤੇ ਚੜ ਕੇ ਆਉਂਦਾ ਉਹਦਾ ਤੁਸੀਂ ਡਟ ਕੇ ਮੁਕਾਬਲਾ ਕਰਨਾ ਹੈ ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਉਦੋਂ ਬਾਅਦ ਜੇ ਅਸੀਂ ਆਪਣੇ ਯੋਧਿਆਂ ਸੂਰਬੀਰਾਂ ਦੀ ਗੱਲ ਕਰੀਏ ਚਾਹੇ ਉਹ ਭਗਤ ਸਿੰਘ ਹੈ ਚਾਹੇ ਸਰਦਾਰ ਕਰਤਾਰ ਸਿੰਘ ਸਰਾਭਾ ਹੈ ਊਧਮ ਸਿੰਘ ਹੈ 19-19 ਸਾਲ ਦੀ ਉਮਰ 'ਚ ਸ਼ਹਾਦਤਾਂ ਦੇ ਕੇ ਉਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਆਪਾਂ ਇੱਕ ਸੁਤੰਤਰ ਭਾਰਤ 'ਚ ਲੋਕਤੰਤਰ ਦੇ ਹੇਠਾਂ ਰਹਿੰਦੇ ਹਾਂ ਇੱਕ ਵੱਡਾ ਉਹਨਾਂ ਦਾ ਯੋਗਦਾਨ ਹੈ ਸਾਰੀ ਦੁਨੀਆ ਨੂੰ ਹੀ ਪਤਾ। ਤਾਂ ਫਿਰ ਕਿਤਨਾ ਕਿਤੇ ਪਿਛੋਕੜ ਉਹ ਬੰਦੇ ਕਹਿੰਦੇ ਵੀ ਤੁਹਾਡਾ ਪਿਛੋਕੜ ਬੋਲਦਾ ਜਿੱਥੇ ਵੀ ਕਿਤੇ ਤੁਸੀਂ ਜਾਂਦੇ ਹੋ ਤੁਹਾਡੀ ਖਾਨਦਾਨੀ ਬੋਲਦੀ ਹੈ ਤੁਹਾਡਾ ਰਹਿਣ ਸਹਿਣ ਤੁਹਾਡਾ ਸੂਬਾ ਬੋਲਦਾ। ਜੇ ਅਸੀਂ ਅੱਜ ਪੰਜਾਬ ਤੋਂ ਬਾਹਰ ਜਾਂਦੇ ਹਾਂ ਹਰਿਆਣੇ ਤਾਂ ਸਾਡੇ ਨਾਲ ਪੰਜਾਬ ਇੱਦਾਂ ਜੁੜਿਆ ਹੋਇਆ ਤਾਂ ਹਰਿਆਣੇ ਵਾਲੇ ਸਾਨੂੰ ਦੇਖ ਕੇ ਜਦੇ ਕਹਿ ਦਿੰਦੇ ਨੇ ਪੰਜਾਬੀ ਉਹ ਸਾਹਿਬ। ਹੁਣ ਸਾਡੀ ਇਹ ਜਿਹੜੀ ਮਕਬੂਲੀਅਤ ਹੈ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਈ। ਜਿੱਥੇ ਵੀ ਸਾਡਾ ਨਿਸ਼ਾਨ ਸਾਹਿਬ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕੇ ਝੂਲਦਾ ਤਾਂ ਲੋਕ ਸਿਜਦਾ ਕਰਦੇ ਆ ਤੇ ਲੋਕ ਕਹਿੰਦੇ ਆ ਵੀ ਇਹ ਪੰਜਾਬੀ ਹੈ ਦੁਨੀਆ 'ਚ ਉਹ ਕੌਮ ਹੈ ਜਦੋਂ ਕਿਤੇ ਵੀ ਵਿਪਤਾ ਪੈਂਦੀ ਹੈ ਸਭ ਤੋਂ ਪਹਿਲਾਂ ਮੂਹਰੇ ਨਿਕਲ ਕੇ ਆਉਂਦੇ ਆ ਬਿਨਾਂ ਕਿਸੇ ਲਾਲਚ ਦੇ ਤੇ ਬਿਨਾਂ ਕੋਈ ਪਰਵਾਹ ਕੀਤੇ। ਇਹ ਸਾਡਾ ਰੁਤਬਾ ਹੈ ਪੂਰੀ ਦੁਨੀਆ ਦੇ ਵਿੱਚ ਤੇ ਸਾਡੀ ਗਿਣਤੀ ਕਿੰਨੀ ਹੈ ਕੋਈ ਦੱਸਣ ਦੀ ਲੋੜ ਨਹੀਂ। ਤਾਂ ਇਹ ਜਿਹੜੇ ਕਾਲੇ ਕਾਨੂੰਨ ਗੌਰਮੈਂਟ ਨੇ ਸਾਜਿਸ਼ ਦੇ ਅਧੀਨ ਸਾਡੇ ਤੇ ਬਣਾਏ ਕਰੋਨਾ ਪਿਛਲੀ ਵਾਰੀ ਆਇਆ ਕਿਉਂ ਬਣਾਏ ਕਿਉਂਕਿ ਕਰੋਨਾ ਦੇ ਵਿੱਚ ਬਾਈ ਜੀ ਆ ਤੁਹਾਡੇ ਪਿੰਡ ਦੇ ਕੋਲੋਂ ਲੰਘ ਕੇ ਆਏ ਆ ਵੱਡੀਆਂ ਵੱਡੀਆਂ ਫੈਕਟਰੀਆਂ ਬਣੀ ਜਾਂਦੀਆਂ ਨੇ ਸਭ ਕੁਛ ਹੀ ਠੱਪ ਹੀ ਹੋ ਗਿਆ ਸਭ ਕੁਛ ਬੰਦ ਹੀ ਹੋ ਗਿਆ। ਤੁਸੀਂ ਦੇਖਿਆ ਕਿਵੇਂ ਪੁਲਿਸ ਨੇ ਡੰਡੇ ਮਾਰ ਮਾਰ ਕੇ ਘਰਾਂ ਦੇ ਵਿੱਚ ਵਾੜਿਆ ਸਾਨੂੰ ਡਰਾਇਆ ਪਰ ਇੱਕੋ ਇੱਕ ਸੈਕਟਰ ਸੀਗਾ ਜਿਹੜਾ ਚੱਲਦਾ ਰਹਿ ਗਿਆ ਉਹ ਸੀਗਾ ਖੇਤੀਬਾੜੀ ਦਾ। ਖੇਤੀਬਾੜੀ ਦਾ ਇਕੱਲਾ ਸੈਕਟਰ ਸੀ ਚਾਹੇ ਅਸੀਂ ਉੱਥੇ ਜਾ ਕੇ ਆਪਦੇ ਖਾਣ ਜੋਗੇ ਦਾਣੇ ਬੀਜ ਲਈਏ ਚਾਹੇ ਮੱਝਾਂ ਜੋਗੇ ਬੀਜ ਲਈਏ ਚਾਹੇ ਸਬਜ਼ੀਆਂ ਬੀਜ ਲਈਏ ਚਾਹੇ ਫਲ ਬੀਜ ਲਈਏ ਤਾਂ ਗੌਰਮੈਂਟ ਨੂੰ ਲੱਗਿਆ ਵੀ ਇਹ ਸੈਕਟਰ ਜੇ ਅਸੀਂ ਡਾਇਰੈਕਟ ਤਾਂ ਹੁਣ ਸਾਡੀਆਂ ਜ਼ਮੀਨਾਂ ਬੀਜੇਪੀ ਗੌਰਮੈਂਟ ਖੋਹ ਨਹੀਂ ਸਕਦੀ ਵੀ ਬੀਜੇਪੀ ਗੌਰਮੈਂਟ ਕਬਜ਼ਾ ਕਰੂਗੀ ਤਾਂ ਮੂਹਰੇ ਜਿਹੜੇ ਗੋਰਿਆਂ ਦੇ ਸਾਨੂੰ ਲੱਗਦਾ ਕਿ ਸਾਡਾ ਦੇਸ਼ ਆਜ਼ਾਦ ਹੋ ਗਿਆ ਅਸੀਂ ਆਜ਼ਾਦੀ 'ਚ ਸਾਹ ਲੈਂਦੇ ਹਾਂ ਪਰ ਅੱਜ ਵੀ ਜਿਹੜੀ ਇੱਥੇ ਰਾਜਨੀਤੀ ਚੱਲਦੀ ਹੈ ਉਹ ਅਮੈਰੀਕਾ ਤੈਅ ਕਰਦਾ ਅਤੇ ਇੰਗਲੈਂਡ ਤੈਅ ਕਰਦਾ ਵੀ ਇੱਥੇ ਹੋਊਗਾ ਕੀ। ਉਹ ਉੱਥੇ ਰਹਿੰਦੇ ਆ ਸਾਡੇ ਜਿਹੜਾ ਆ ਬਕਾਊ ਮਾਲ ਜਿਹਨਾਂ ਨੂੰ ਅਸੀਂ ਅਡਾਨੀ ਅੰਬਾਨੀ ਕਹਿ ਦਿੰਦੇ ਹਾਂ ਇਹ ਮੂਹਰੇ ਹੋ ਕੇ ਫਿਰ ਉਹਨਾਂ ਦੇ ਪਿੱਠੂਆਂ ਦੀ ਇੱਕ ਧਾਰਨਾ ਨਿਭਾਉਂਦੇ ਆ ਵੀ ਅਸੀਂ ਤੁਹਾਡਾ ਕੰਮ ਕਰਾਂਗੇ ਜਿਹਨੂੰ ਪੰਜਾਬੀ 'ਚ ਕਹਿ ਦਈਏ ਵੀ ਪੋਚੇ ਪਾਲਸ਼ਾਂ ਮਾਰਦੇ ਆ ਉਹਨਾਂ ਦੇ ਵੀ ਜੋ ਤੁਸੀਂ ਕਹੋਗੇ ਅਸੀਂ ਕਰਕੇ ਦੇਵਾਂਗੇ। ਫਿਰ ਸਰਕਾਰਾਂ ਜਦੋਂ ਬਣਦੀਆਂ ਨੇ ਤਾਂ ਪੈਸੇ ਤੋਂ ਬਿਨਾਂ ਸਰਕਾਰਾਂ ਨਹੀਂ ਬਣਦੀਆਂ ਉਦੋਂ ਫਿਰ ਇਹ ਸਰਕਾਰਾਂ ਦੇ ਲਈ ਇੱਕ ਮਜਬੂਰੀ ਬਣ ਜਾਂਦੇ ਨੇ ਕਿਉਂਕਿ ਇਹ ਸਰਕਾਰਾਂ ਨੂੰ ਪੈਸੇ ਦਿੰਦੇ ਆ। ਗੌਰਮੈਂਟ ਨੂੰ ਲੱਗਿਆ ਜੇ ਸਿੱਧੇ ਤੌਰ 'ਤੇ ਅਸੀਂ ਜ਼ਮੀਨਾਂ 'ਤੇ ਕਬਜ਼ਾ ਕਰਾਂਗੇ ਤਾਂ ਸਾਡਾ ਕਿਤੇ ਨਾ ਕਿਤੇ ਵੋਟ ਬੈਂਕ ਟੁੱਟੂਗਾ ਕਿਉਂਕਿ ਜਦ ਤੱਕ ਸੱਤਾ ਹੈ ਲੋਕ ਸੱਤਾ ਦੇ ਭੁੱਖੇ ਆ। ਇੱਕ ਰਾਜਨੀਤੀ ਦੀ ਵੀ ਗੱਲ ਸਾਂਝੀ ਕਰਨੀ ਆ ਤੁਹਾਡੇ ਨਾਲ। ਅਸੀਂ ਬਾਈ ਦੇ ਘਰੇ ਬੈਠੇ ਸੀ ਨਿਸ਼ਾਨ ਵੀਰ ਸਾਡਾ ਬਹੁਤ ਮਿਹਨਤੀ ਭਰਾ ਮਿਹਨਤ ਕਰ ਰਿਹਾ ਉੱਥੇ ਰਾਜਨੀਤੀ ਦੀ ਗੱਲ ਸਾਡੀ ਚੱਲੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਕੇ ਜਾਊਂਗਾ ਪਰ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਗੌਰਮੈਂਟ ਨੇ ਇੱਕ ਸਾਜਿਸ਼ ਦੇ ਅਧੀਨ ਅਡਾਨੀਆਂ ਅਤੇ ਅੰਬਾਨੀਆਂ ਨੂੰ ਮੂਹਰੇ ਕਰਤਾ। ਅੰਬਾਨੀ ਤਾਂ ਚਲੋ ਸਾਡੇ ਬਜ਼ੁਰਗਾਂ ਨੇ ਸੁਣੇ ਹੋਣਗੇ ਵੀ ਰਿਲਾਇੰਸ ਵਾਲੇ ਨੇ ਧੀਰੂ ਭਾਈ ਅੰਬਾਨੀ ਅਡਾਨੀ ਤਾਂ ਕਿਸੇ ਨੇ ਸੁਣਿਆ ਨਹੀਂ ਸੀ ਨਾ। ਅੱਜ ਤੋਂ ਜਦੋਂ ਮੋਦੀ ਪਹਿਲੀ ਵਾਰੀ ਸੱਤਾ ਦੇ ਵਿੱਚ ਆਉਂਦਾ ਇੱਕ ਗੁਜਰਾਤ ਦਾ ਛੋਟਾ ਜਿਹਾ ਵਪਾਰੀ ਤੇਲ ਬਣਾਉਣ ਵਾਲਾ ਬੰਦਾ ਦਾਲਾਂ ਵੇਚਣ ਵਾਲਾ ਬੰਦਾ ਅੱਜ 2.5 ਲੱਖ ਕਰੋੜ ਤੋਂ ਵੀ ਪਲੱਸ ਦਾ ਮਾਲਕ ਬਣਿਆ ਬੈਠਾ ਜਿਹੜਾ 70-80 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕਰਦਾ ਸੀ ਹੱਦ 100 ਕਰੋੜ ਰੁਪਇਆ ਕਿਉਂਕਿ ਚਲੋ ਜੱਦੀ ਪੁਸ਼ਤੀ ਕੰਮ ਕਰਦਾ ਸੀ ਵਪਾਰੀ ਦਾ ਸੀਗਾ ਹੀ ਉਹ ਕੀ ਕਰਦੇ ਆ ਜੇ ਬਾਈ ਚਾਂਸ ਅੰਬਾਨੀ ਨੂੰ ਖਿੱਚ ਕੇ ਕਾਂਗਰਸ ਵਾਲੇ ਲੈ ਜਾਣਗੇ ਤਾਂ ਸਾਡੇ ਕੋਲ ਉਹਦੇ ਨਾਲ ਦਾ ਇੱਕ ਕਠਪੁਤਲੀ ਅਡਾਨੀ ਹੈਗਾ ਅਸੀਂ ਇਹਨੂੰ ਇੰਨਾ ਕੁਛ ਜਹਾਜ਼ ਵੀ ਉਹਨੂੰ ਦਿੱਤੇ ਰੇਲਵੇ ਸੈਕਟਰ ਵੀ ਉਹਨੂੰ ਦਿੱਤਾ ਡਾਕ ਵੀ ਉਹਨੂੰ ਦਿੱਤੀ ਜਿਹੜੀਆਂ ਸਾਡੀਆਂ ਇੱਥੇ ਰੇਲਵੇ ਸਟੇਸ਼ਨਾਂ ਦੇ ਜ਼ਮੀਨਾਂ ਨੇ ਉਹ ਵੀ ਅਡਾਨੀ ਨੂੰ ਦਿੱਤੀਆਂ ਸਾਰਾ ਮੁਲਕ ਹੀ ਅਡਾਨੀ ਦੇ ਹੱਥ 'ਤੇ ਧਰਤਾ ਅਤੇ 6-7 ਸਾਲ 'ਚ ਅਡਾਨੀ ਆ ਜਿਹੜਾ ਉਹ ਅੰਬਾਨੀਆਂ ਨੂੰ ਵੀ ਕੱਟ ਕੇ ਭਾਰਤ ਦਾ ਇੱਕ ਨੰਬਰ ਅਮੀਰ ਬੰਦਾ ਬਣ ਗਿਆ ਅਤੇ ਬਿਨਾਂ ਸਰਕਾਰ ਤੋਂ ਹੀ ਬਣ ਗਿਆ। ਹੁਣ ਉਹ ਮੂਹਰੇ ਮੂਹਰੇ ਕਰਦੇ ਕਿ ਗੌਰਮੈਂਟ ਦੀ ਅੱਖ ਹੈ ਅੰਗਰੇਜ਼ਾਂ ਦੀ ਅੱਖ ਹੈ ਅਸਲੀ ਤਾਂ ਸ਼ਾਇਦ ਤੁਹਾਨੂੰ ਮੇਰੀ ਇਹ ਗੱਲ ਅੱਜ ਥੋੜ੍ਹੀ ਜਿਹੀ ਔੜ ਲੱਗੇ ਵੀ ਅੰਗਰੇਜ਼ ਵਿੱਚ ਕਿੱਥੋਂ ਆ ਗਏ ਪਰ ਅਖੀਰ ਇਹੀ ਹੈ ਵੀ ਇਹ ਜਿਹੜੀ ਸਿਆਸਤ ਘੁਮਾਉਂਦੇ ਆ ਉੱਥੋਂ ਹੀ ਘੁੰਮਦੀ ਆ ਇੰਗਲੈਂਡ ਦੀ ਰਾਣੀ ਅਤੇ ਅਮੈਰੀਕਾ ਕਾਂਗਰਸ ਦੀ ਸੰਧੀ ਹੁੰਦੀ ਆ ਰੂਸ ਦੇ ਨਾਲ ਜਿਹੜੇ ਸਾਡੇ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤਾਂ ਰੂਸ ਦੇ ਲੋਕ ਸੀ ਜਿਹੜੇ ਇੱਥੇ ਆ ਕੇ ਏਜੰਸੀਆਂ 'ਚ ਕੰਮ ਕਰਦੇ ਸੀ ਹੁਣ ਬੀਜੇਪੀ ਦੀ ਸੰਧੀ ਹੁੰਦੀ ਹੈ ਅਮੈਰੀਕਾ ਅਤੇ ਇੰਗਲੈਂਡ ਦੇ ਨਾਲ ਉਹ ਉਹਨਾਂ ਦੇ ਕਿਸੇ 'ਤੇ ਸਭ ਕੁਛ ਕਰਦੇ ਆ ਹੁਣ ਉਹਨਾਂ ਨੇ ਇੱਥੇ ਕਿਉਂਕਿ ਪੰਜਾਬ ਦੀ ਧਰਤੀ ਐਸੀ ਧਰਤੀ ਹੈ ਜਿੱਥੇ ਹਰ ਇੱਕ ਰੁੱਤ ਹੈ ਹਰ ਇੱਕ ਮੌਸਮ ਹੈ ਅਮੈਰੀਕਾ ਕੈਨੇਡਾ 'ਚ ਆਪਣੇ ਜਵਾਕ ਗਏ ਹੋਏ ਹੋਏ ਤੁਹਾਨੂੰ ਘਰ ਘਰ ਪਤਾ ਅੱਜ ਤਾਂ ਹਰ ਇੱਕ ਬੱਚਾ ਬਾਹਰ ਹੈ ਉੱਥੇ 3 ਮਹੀਨੇ ਦਾ 4 ਬਰਫ਼ ਹੀ ਪਈ ਜਾਂਦੀ ਹੈ ਫਿਰ ਉਦੋਂ ਬਾਅਦ 'ਚ ਠੰਡ ਪੈਂਦੀ ਹੈ ਕੁੱਲ ਮਿਲਾ ਕੇ 4 ਕੁ ਮਹੀਨੇ ਮੌਸਮ ਸਹੀ ਰਹਿੰਦਾ ਜਿਹੜਾ ਇਹਨਾਂ ਦਿਨਾਂ 'ਚ ਉਹਨਾਂ ਮੁਲਕਾਂ 'ਚ ਚੱਲਦਾ ਅਤੇ ਆਪਣੇ ਤਾਂ 12 ਮਹੀਨੇ 30 ਦਿਨ ਮਹਾਰਾਜ ਦੀ ਕਿਰਪਾ ਨਾਲ ਕਿੰਨੀਆਂ ਰੁੱਤਾਂ ਕਿੰਨੇ ਮੌਸਮ
ਪੰਜਾਬ ਦੀ ਧਰਤੀ ਲਈ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਇੱਥੇ ਗੁਰੂਆਂ ਦੇ ਬਚਨ ਨੇ, ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ, ਪੀਰਾਂ ਪੰਗੰਬਰਾਂ ਦੀ ਧਰਤੀ ਹੈ। ਜੇ ਬੰਦਾ ਧਰਤੀ ਦੇ ਵਿੱਚ ਗੱਡਦੀ ਹੈ ਤਾਂ ਬੰਦਿਆਂ ਦੀ ਖੇਤੀ ਹੋ ਜਾਂਦੀ ਹੈ, ਇੰਨੀ ਉਪਜਾਊ ਧਰਤੀ ਹੈ। ਤਾਂ ਹੁਣ ਗੋਰਿਆਂ ਨੂੰ ਲੱਗਿਆ ਵੀ ਅਸੀਂ ਪੂਰੀ ਦੁਨੀਆਂ ਦੇ ਵਿੱਚ ਔਰਗੈਨਿਕ ਖੇਤੀ ਦਾ ਇੱਕ ਵੱਡਾ ਵਪਾਰ ਕਰਾਂਗੇ, ਕਿਉਂਕਿ ਅੱਜ ਕੱਲ੍ਹ ਘਰ ਘਰ ਬਿਮਾਰੀਆਂ ਨੇ, ਘਰ ਘਰ ਦਵਾਈਆਂ ਨੇ, ਹੋਰ ਕੁਛ ਹੋਵੇ ਨਾ ਹੋਵੇ ਦਵਾਈਆਂ ਵਾਲਾ ਡੱਬਾ ਹਰ ਇੱਕ ਘਰ 'ਚ ਹੈ। 10-12 ਸਾਲ ਦੇ ਜਵਾਕ ਤੋਂ ਸ਼ੁਰੂ ਹੋ ਜਾਂਦਾ ਤੇ ਬਜ਼ੁਰਗਾਂ ਤੱਕ ਸਾਰੀ ਗੋਲੀਆਂ ਖਾਂਦੇ। ਅੱਜ ਦੀ ਡੇਟ 'ਚ ਜੇ ਕਿਸੇ ਨੂੰ ਕਹਿ ਦਈਏ ਵੀ ਔਰਗੈਨਿਕ ਸੇਬ ਨੇ, ਇੱਕ ਸੇਬ ਉਹ ਹੈ ਜਿਹੜਾ ਇੱਥੇ ਸੜਕ 'ਤੇ, ਇੱਕ ਖਰਬੂਜਾ ਉਹ ਹੈ ਜਿਹੜਾ ਜ਼ਿਮੀਂਦਾਰ ਨੇ ਆਪਣੀ ਟਰਾਲੀ 'ਚ ਸਿੱਟਿਆ ਹੋਇਆ, ਅਤੇ ਇੱਕ ਖਰਬੂਜਾ ਉਹ ਹੈ ਜਿਹਦੇ 'ਤੇ ਔਰਗੈਨਿਕ ਦਾ ਮੋਹਰ ਲੱਗਿਆ ਹੋਇਆ। ਉਹ ਇਕੱਲਾ ਖਰਬੂਜਾ 40 ਰੁਪਏ ਦਾ, ਅਤੇ ਸਾਡਾ ਜਿਹੜਾ ਟਰਾਲੀ ਵਾਲਾ ਜਿਹੜਾ ਅਸਲੀ ਖਰਬੂਜਾ ਹੈ ਉਹ 15 ਰੁਪਏ ਕਿਲੋ ਨੇ। ਇਹ ਮਾਰਕੀਟਿੰਗ ਕਰਦੇ ਆ, ਇਹਦੇ 'ਚੋਂ ਪੈਸਾ ਕਮਾਉਂਦੇ ਆ। ਜੇ ਅਸੀਂ ਗੱਲ ਕਹੀਏ ਵੀ ਅਸੀਂ ਪੰਜਾਬ ਦੇ ਕਿਸਾਨ ਹੈ, ਹਰਿਆਣੇ ਦੇ ਕਿਸਾਨ ਹੈ, ਤੁਸੀਂ ਸਾਨੂੰ ਕੋਈ ਖੇਤੀ 'ਚ ਨਵੇਂ ਉਪਕਰਨ ਦਿਓ। ਗੌਰਮੈਂਟ ਦਾ ਕੀ ਕੰਮ ਹੁੰਦਾ ਹੈ? ਲੋਕਤੰਤਰ ਅਸੀਂ ਲੋਕ ਵੋਟਾਂ ਪਾ ਕੇ ਬਣਾਉਂਦੇ ਹਾਂ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਭਾਰਤ ਹੈ। ਜਦੋਂ ਕੋਈ ਬਿੱਲ ਬਣਦੇ ਹੈ ਉਹ ਲੋਕਾਂ ਦੀ ਭਲਾਈ ਲਈ ਬਣਦੇ ਹੈ। ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ, ਭਾਰਤ ਹੀ ਪੂਰਾ ਖੇਤੀ ਪ੍ਰਧਾਨ ਸੂਬਾ ਹੈ। 65% ਲੋਕ ਇੱਥੇ ਖੇਤੀ 'ਤੇ ਨਿਰਭਰ ਨੇ। ਤਾਂ ਉੱਥੇ ਪੁੱਛਿਆ ਜਾਣਾ ਚਾਹੀਦਾ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਕਿਹੜਾ ਬਦਲ ਚਾਹੀਦਾ, ਪੰਜਾਬ ਦਾ ਪਾਣੀ ਕਿੰਨਾ ਥੱਲੇ ਜਾ ਵੜਿਆ, 3ਜੀ ਪਰਤ 'ਤੇ ਜਾ ਵੜਿਆ, ਝੋਨਾ ਲਾ ਲਾ ਕੇ। ਸਾਡੇ ਕੋਲ ਕੋਈ ਵੱਖਰਾ ਕਾਰਨ ਹੈ ਹੀ ਨਹੀਂ। ਜੇ ਤਾਂ ਗੌਰਮੈਂਟ ਦੀ ਨੀਤ ਸਿੱਧੀ ਹੁੰਦੀ ਫਿਰ ਤਾਂ ਉਹ ਇੱਥੋਂ ਪੰਜਾਬ ਦੇ ਰਿਸਰਚਰ ਜਿਹੜੇ ਖੇਤੀ 'ਤੇ ਰਿਸਰਚਾਂ ਕਰਦੇ ਆ, ਵਿਗਿਆਨੀ, ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਲਈ ਕਿਹੜੇ ਬਿੱਲ ਬਣਾਈਏ। ਇਹ ਤਾਂ ਹੁਣ ਰਾਤੋ ਰਾਤ ਜਿਵੇਂ ਬੰਬ ਵਾਂਗੂ ਸਿੱਟਦੇ ਨਾ ਵੀ ਆਹ 3 ਕਾਲੇ ਕਾਨੂੰਨ ਲਾਗੂ ਕਰਤੇ, ਅਤੇ ਐਡੀ ਬਸ਼ਰਮ ਗੌਰਮੈਂਟ, ਐਡੀ ਮੈਂ ਕਹਿੰਦਾ ਮਾੜੀ ਗੌਰਮੈਂਟ ਇਤਿਹਾਸ ਦੇ ਵਿੱਚ ਬਜ਼ੁਰਗਾਂ ਨੇ ਨਹੀਂ ਕਦੇ ਦੇਖੀ ਹੋਣੀ। ਆ ਪਿਛਲੇ ਦਿਨਾਂ 'ਚ ਜਥੇਬੰਦੀਆਂ ਨੇ ਇੱਕ ਚਿੱਠੀ ਲਿਖੀ ਕਿ ਦੱਸੋ ਕਿ ਕਦੋਂ ਆਈਏ। ਫਿਰ ਵੀ ਖੇਤੀਬਾੜੀ ਮੰਤਰੀ ਦਾ ਇਹ ਬਿਆਨ ਆਇਆ ਕਿ ਕਾਲੇ ਕਾਨੂੰਨ ਰੱਦ ਨਹੀਂ ਹੋ ਸਕਦੇ, ਇਦੋਂ ਬਿਨਾਂ ਅਗਲੀ ਗੱਲਬਾਤ ਦੱਸੋ ਕੀ ਕਰੀਏ। ਤਾਂ ਫਿਰ ਕਹਿੰਦੇ ਨੇ ਜੀ ਨੌਜਵਾਨ ਜੋਸ਼ 'ਚ ਆ ਕੇ ਬੈਰੀਗੇਟ ਪੱਟਦੇ ਆ, ਲੜਦੇ ਆ, ਫਿਰ ਹੋਰ ਕੀ ਕਰੀਏ। ਇਹਨਾਂ ਖੇਤਾਂ ਵਾਸਤੇ ਵੀ ਜੇ ਨਾ ਲੜੀਏ ਤਾਂ ਫਿਰ ਲੜੀਏ ਕਿਹਦੇ ਵਾਸਤੇ? ਦੱਸੋ ਤੁਹਾਡੇ ਪਿੰਡ 'ਚੋਂ ਪਿਛਲੇ 10 ਸਾਲ 'ਚ ਕਿਹੜੇ ਨੌਜਵਾਨ ਨੇ ਜਿਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ? ਬਾਹਰ ਤਾਂ ਚਲੋ ਚਲੇ ਗਏ, ਪਰ ਇੱਥੇ ਦੱਸੋ ਵੀ ਗੌਰਮੈਂਟ ਨੇ ਕਿਹਨੂੰ ਕੰਮ ਲਾਤਾ? ਤਾਂ ਕੁੱਲ ਲੈ ਦੇ ਕੇ ਸਾਡੇ ਕੋਲ ਖੇਤ ਹੀ ਰਹਿ ਜਾਂਦੇ ਆ। ਖੇਤਾਂ ਦੀ ਵੀ ਹੁਣ ਜੇ ਮੈਂ ਤੁਹਾਨੂੰ ਗੱਲ ਦੱਸਦਾ, ਮੈਂ ਇੱਕ ਆਪ ਜ਼ਿਮੀਂਦਾਰ ਹਾਂ, 4-5 ਕਿੱਲਿਆਂ ਦੀ ਖੇਤੀ ਅਸੀਂ ਆਪ ਕਰਦੇ ਹਾਂ, ਅਤੇ ਮੈਨੂੰ ਨਹੀਂ ਲੱਗਦਾ ਤੁਸੀਂ ਵੱਡੇ ਵੀ ਹੋ ਸਕਦੇ ਹੋ, ਇੱਥੇ 20 ਕਿੱਲਿਆਂ ਵਾਲੇ ਵੀ ਹੋ ਸਕਦੇ ਹੋ। ਪਰ ਜੇ 20 ਕਿੱਲਿਆਂ ਵਾਲਾ ਜ਼ਿਮੀਂਦਾਰ ਖੜਾ ਹੋ ਕੇ ਇਹ ਗੱਲ ਕਹਿ ਦੇਵੇ ਵੀ ਮੈਨੂੰ 20 ਕਿੱਲਿਆਂ 'ਚੋਂ 25 ਲੱਖ ਰੁਪਈਆ ਜਾਂ 20 ਲੱਖ ਰੁਪਈਆ ਬਚਦਾ, ਤਾਂ ਬਾਈ ਜੀ ਜੋ ਮਰਜ਼ੀ ਕਰਵਾ ਲਿਓ, ਸਾਡੇ ਤੋਂ ਨਹੀਂ ਬਚਦਾ। ਖੇਤੀ 'ਚੋਂ ਸਿਰਫ ਸਾਡਾ ਘਰ ਪਰਿਵਾਰ, ਰੋਟੀ ਪਾਣੀ ਹੀ ਚੱਲਦਾ। ਸਾਡੇ ਇੱਕ ਜਿਹੜੇ ਪੜਦੇ ਹੀ ਢਕੇ ਜਾਂਦੇ ਆ, ਜੇ ਮੈਂ ਪੰਜਾਬੀ 'ਚ ਕਹਾਂ, ਲਿਮਟਾਂ ਨਵੀਆਂ ਪੁਰਾਣੀਆਂ ਹੋ ਜਾਂਦੀਆਂ ਨੇ। ਮੱਝਾਂ ਜੋ ਕਿ ਕੱਖ ਬੀਜ ਲੈਂਦੇ ਆ, ਨਾਲ 4 ਡੰਗਰ ਰੱਖ ਕੇ ਡੈਰੀ 'ਚ ਦੁੱਧ ਪਾ ਲੈਂਦੇ ਆ, ਘਰ ਦਾ ਗੁਜ਼ਾਰਾ ਉਹਦੇ ਨਾਲ ਚੱਲ ਜਾਂਦਾ, ਖਾਣ ਜੋਗੇ ਦਾਣੇ ਹੋ ਜਾਂਦੇ ਨੇ। ਜੇ ਕਹਿ ਦਈਏ ਵੀ ਖੇਤੀਬਾੜੀ ਇੱਕ ਲਾਹੇਮੰਦ ਧੰਦਾ ਤਾਂ ਨਹੀਂ ਹੈਗਾ, ਪਰ ਫਿਰ ਵੀ ਸਾਡਾ ਤੋਰੀ ਫੁਲਕਾ ਚੱਲਦਾ ਆ। ਅਸੀਂ ਕੋਈ, ਸਾਡੀ ਕੌਮ ਹੀ ਇਹੋ ਜਿਹੀ ਆ, ਸਾਡੇ ਗੁਰੂਆਂ ਨੇ ਸਿਖਾਇਆ, ਅਸੀਂ ਲੋਕਾਂ ਦੇ ਹੱਥਾਂ ਵੱਲ ਬਾਹਲਾ ਦੇਖਦੇ ਨਹੀਂ ਹੈਗੇ। ਜਿਉਂਦੇ ਰਹਿਣ ਸਾਡੇ ਬਾਹਰਲੇ ਮੁਲਕਾਂ 'ਚ ਜਿਹੜੇ ਭਰਾ ਵੱਸਦੇ ਆ, ਬਹੁਤ ਮਿਹਨਤਾਂ ਕੀਤੀਆਂ, ਪੰਜਾਬ ਦੇ ਨਾਲ ਉਹ ਇੱਕ ਚਕਾਠ ਬਣ ਕੇ ਖੜੇ ਆ, ਥੰਮ ਬਣ ਕੇ ਖੜੇ ਆ। ਪਰ ਗੌਰਮੈਂਟਾਂ ਦਾ ਜਿਹੜਾ ਕੰਮ, ਗੌਰਮੈਂਟਾਂ ਦਾ ਜਿਹੜੇ ਸਾਡੇ ਵੋਟਾਂ ਲੈਣ ਸਾਡੇ ਤੋਂ ਆਉਂਦੇ ਆ ਕਿ ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਤੁਹਾਡੀ ਜ਼ਿੰਦਗੀ ਖੁਸ਼ਹਾਲ ਕਰ ਦਾਂਗੇ, ਉਹ ਤਾਂ ਹੁਣ ਸਿੱਧੇ ਤੌਰ 'ਤੇ ਡਿਕਟੇਟਰ ਦੇ ਰੂਪ 'ਚ ਆ ਚੁੱਕੇ। ਹਰ ਇੱਕ ਪਾਰਟੀ ਨੂੰ, ਸਿਆਸਤ ਦੀ ਗੱਲ ਅਸੀਂ ਕਰਦੇ ਸੀ, ਹਰ ਇੱਕ ਪਾਰਟੀ ਦੇ ਵਰਕਰ ਨੂੰ ਇਹ ਗੱਲ ਕਹੀ ਗਈ ਕਿ ਭਾਈ ਸਾਹਿਬ ਆ ਕੇ ਸਾਡਾ ਸਾਥ ਦਿਓ, ਬਲਕਿ ਕਹਿਣ ਦੀ ਲੋੜ ਹੀ ਨਹੀਂ ਸੀ, ਉਹਨਾਂ ਨੂੰ ਆਪ ਹੀ ਚਾਹੀਦਾ ਸੀ ਕਿ ਸਾਥ ਦਿਓ। ਉਹ ਹੁਣ ਜੇ ਪੁੱਛੀਦਾ ਵੀ ਬਾਈ ਜੀ ਤੁਸੀਂ ਕਿਉਂ ਨਹੀਂ ਜਾਂਦੇ, ਕਿਸੇ ਲੀਡਰ ਨੂੰ ਕੋਈ ਪੱਤਰਕਾਰ ਸਵਾਲ ਕਰ ਦੇਵੇ ਵੀ ਬਾਈ ਜੀ ਤੁਸੀਂ ਕਿਉਂ ਨਹੀਂ ਜਾਂਦੇ ਉੱਥੇ, ਉਹ ਕਹਿੰਦਾ ਜੀ ਅਸੀਂ ਜਥੇਬੰਦੀਆਂ ਦੀ ਬਹੁਤ ਇੱਜ਼ਤ ਕਰਦੇ ਹਾਂ, ਉਹਨਾਂ ਨੇ ਕਿਹਾ ਵੀ ਸਿਆਸੀ ਬੰਦਾ ਸਾਡੇ ਮੰਚ 'ਤੇ ਨਹੀਂ ਆਉਣਾ ਚਾਹੀਦਾ, ਅਤੇ ਮੰਚ ਤੋਂ ਤੁਸੀਂ ਲੈਣਾ ਕੀ ਹੈ ਜੀ? ਇੱਕ ਲੀਡਰ ਦਾ ਮਤਲਬ ਸਿਰਫ ਮੰਚ ਹੀ ਰਹਿ ਗਿਆ ਵੀ ਉਹਨੂੰ ਇਕੱਲੀ ਸਟੇਜ ਹੀ ਚਾਹੀਦੀ, ਉਹ ਆ ਕੇ ਬੋਲੂਗਾ? ਉਹ ਆਪਦੇ ਹਲਕੇ ਦੇ ਕੇਡਰ ਨੂੰ ਲੈ ਕੇ ਧਰਨੇ 'ਚ ਕਿਉਂ ਨਹੀਂ ਬਹਿ ਸਕਦਾ? ਜੇ ਨੀਤ ਹੋਵੇ ਆਪਦਾ, ਇੱਕ ਪੂਰਾ ਜਿੰਨੀਆਂ ਵੀ ਪਾਰਟੀਆਂ ਇੱਥੇ ਵਰਕ ਕਰਦੀਆਂ ਨੇ, ਕੰਮ ਕਰਦੀਆਂ ਨੇ, ਇੱਕ ਆਪਦੇ ਪੂਰੇ ਕੇਡਰ ਲੈ ਕੇ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਦੇਣ, ਤਾਂ ਕੀ ਨਹੀਂ ਹੋਊਗਾ? ਕਿਉਂਕਿ ਰਾਜਨੀਤੀ ਤਾਂ ਅਖੀਰ 'ਤੇ ਵੋਟਾਂ ਦੀ ਚੱਲਦੀ ਆ। ਤਾਂ ਇਹਦਾ ਹੱਲ ਹੈ ਜੀ ਜਿਹੜਾ, ਇਹਦਾ ਤੁਹਾਨੂੰ ਆਪਣੇ ਆਪ ਹੀ ਕਰਨਾ ਪੈਣਾ। ਉਹ ਕਿਵੇਂ ਕਰਨਾ ਪੈਣਾ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਜਦੋਂ ਸ਼ੰਭੂ ਮੋਰਚਾ ਲੱਗਿਆ ਅਸੀਂ ਉਸ ਦਿਨ ਉੱਥੇ ਹੀ ਸੀ, ਬਹੁਤੇ ਲੋਕਾਂ ਨੇ, ਵੀਰਾਂ ਨੇ ਵਿੱਚੋਂ ਇਹ ਗੱਲ ਕਹੀ ਜਦੋਂ ਅਸੀਂ ਸ਼ਾਮ ਨੂੰ ਜਾਣ ਲੱਗੇ। ਉਹ ਕਹਿੰਦੇ ਹੁਣ ਜਾਣਾ ਨਹੀਂ, ਹੁਣ ਦੱਸੋ ਵੀ ਅੱਗੇ ਹੱਲ ਕੀ ਆ ਸਾਡਾ, ਅਸੀਂ ਕਰਨਾ ਕੀ ਆ।
ਉਦੋਂ ਪੁਖਤਾ ਜਵਾਬ ਕਿਸੇ ਨੂੰ ਨਹੀਂ ਆਇਆ ਕਿਉਂਕਿ ਸਾਰਿਆਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਅਲੱਗ ਅਲੱਗ ਹੋ ਗਈ। ਕੋਈ ਕਹਿਣ ਲੱਗਿਆ ਹੁਣ ਅਗਲੀ ਮੀਟਿੰਗ 'ਤੇ ਦੱਸਾਂਗੇ, ਕੋਈ ਕਹਿਣ ਲੱਗਿਆ ਹੁਣ ਕੱਲ੍ਹ ਨੂੰ ਦੱਸਾਂਗੇ। ਬਹੁਤੇ ਲੋਕਾਂ ਨੇ ਉੱਥੇ ਵਿਰੋਧ ਵੀ ਕੀਤਾ ਵੀ ਇਸ ਤਾਂ ਅੱਜ ਇੱਥੇ 2 ਲੱਖ ਬੰਦੇ ਦਾ ਇਕੱਠ ਹੈ, ਇਸ ਤਾਂ ਅੱਜ ਹੀ ਦਿੱਲੀ ਵੱਲ ਨੂੰ ਕੂਚ ਕਰਾਂਗੇ। ਪਰ ਜਦੋਂ ਤੱਕ ਕੋਈ ਤੁਹਾਡਾ ਲੀਡਰ ਨਾ ਹੋਵੇ, ਜਦੋਂ ਤੱਕ ਤੁਹਾਡੇ ਕੋਲ ਕੋਈ ਨਕਸ਼ਾ ਨਾ ਹੋਵੇ, ਉਦੋਂ ਤੱਕ ਕੋਈ ਡਿਸੀਜਨ ਨਹੀਂ ਲਿਆ ਜਾ ਸਕਦਾ। ਚਲੋ ਆਪੋ ਆਪਦੇ ਘਰਾਂ ਨੂੰ ਆ ਗਏ, ਉਹ ਤੋਂ ਬਾਅਦ 'ਚ ਫਿਰ ਜਦੋਂ ਗੌਰਮੈਂਟ ਨਹੀਂ ਮੰਨੀ, ਜਦੋਂ ਦਿੱਲੀ ਵੱਲ ਨੂੰ ਅਸੀਂ ਕੂਚ ਕੀਤਾ, ਤਾਂ ਮੈਨੂੰ ਇੱਕ ਅਸੀਂ ਜਥੇਬੰਦੀਆਂ ਦਾ ਬਹੁਤ ਸਤਿਕਾਰ ਕਰਦੇ ਹਾਂ, ਪਹਿਲੇ ਦਿਨ ਤੋਂ ਕਹਿ ਕੇ ਚੱਲਦੇ ਹਾਂ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਤੇ ਅਖੀਰ ਤੱਕ ਖੜੇ ਰਹਾਂਗੇ। ਕੋਈ ਆਪਦਾ ਧੜਾ ਨਹੀਂ ਬਣਾਵਾਂਗੇ, ਕੋਈ ਇਹ ਨਹੀਂ ਕਹੂੰਗਾ ਜੀ ਮੈਂ ਫਲਾਣੇ, ਜਿਵੇਂ 26 ਤਰੀਕ ਤੋਂ ਬਾਅਦ ਬਹੁਤ ਪੜਾਅ ਬਣ ਗਏ। ਅਸੀਂ ਸੰਯੁਕਤ ਮੋਰਚੇ ਦੇ ਨਾਲ ਹਾਂ, ਜਥੇਬੰਦੀਆਂ ਦੇ ਨਾਲ ਹਾਂ ਅਤੇ ਉਹਨਾਂ ਦਾ ਸਾਥ ਦੇਵਾਂਗੇ। ਪਰ ਜਿਹੜਾ ਸੱਚ ਹੈ, ਜੇ ਅਸੀਂ ਹੁਣ ਉਹਨੂੰ ਵੀ ਝੂਠ ਕਹਿਣ ਲੱਗ ਜਾਈਏ ਤਾਂ ਫਿਰ ਰੱਬ ਨੂੰ ਜਾਣ ਦੇਣੀ ਆ, ਉਹ ਸਾਡੇ ਤੋਂ ਬੋਲਿਆ ਨਹੀਂ ਜਾਣਾ। ਜਦੋਂ ਪਹਿਲੇ ਦਿਨ ਦਿੱਲੀ ਨੂੰ ਕੂਚ ਕੀਤੇ ਆ, ਮੈਂ ਸਪੋਰਟਰ 'ਤੇ ਸੀਗਾ, ਜਿਹੜੀਆਂ ਤੁਸੀਂ ਵੀਡੀਓ ਦੇਖੀਆਂ, ਜਿਹੜੇ ਬੈਰੀਗੇਡ ਚੱਕ ਕੇ ਦਰਿਆ 'ਚ ਸਿੱਟੇ ਆ, 50-60 ਇੱਥੇ ਪੁਲਿਸ ਵਾਲੇ ਆਰਮੀ ਵਾਲੇ ਸੀ, 25-30 ਬੰਦੇ ਸੀਗੇ ਪੁਲਿਸ ਵਾਲੇ, ਉਹਨਾਂ ਦੇ ਨਾਲ ਸਾਡਾ ਮੁੱਠਭੇੜ ਚੱਲਿਆ, ਸਾਰਾ ਮੀਡੀਆ ਉੱਥੇ ਸੀ, ਉਹ ਸਭ ਕੁਝ ਯੂਟਿਊਬ 'ਤੇ ਪਿਆ। ਚਲੋ ਆਰਮੀ ਵਾਲਿਆਂ ਨੂੰ ਲੱਗਿਆ ਵੀ ਗਿਣਤੀ ਬਹੁਤ ਜ਼ਿਆਦਾ ਵੱਡੀ ਵੱਧ ਗਈ, ਕਿਤੇ ਨਾ ਕਿਤੇ ਉਹ ਵੀ ਪਿੱਛੋਂ ਕਿਸਾਨੀ ਨਾਲ ਜੁੜੇ ਆ, ਉਹਨਾਂ ਨੂੰ ਲੱਗਿਆ ਵੀ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਇੱਕ ਰਾਹ ਬਣ ਗਿਆ। ਟਰਾਲੀਆਂ ਨਿਕਲ ਗਈਆਂ, ਕਿਸਾਨ ਭਰਾ ਵਾਹਿਗੁਰੂ ਦਾ ਨਾਂ ਲੈ ਕੇ, ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾ ਕੇ ਨਿਕਲ ਗਏ, ਸਿੱਧੇ ਨਿਕਲ ਗਏ। ਪਰ ਜੇ ਅਸੀਂ ਕਹੀਏ ਵੀ ਸਾਨੂੰ ਜਥੇਬੰਦੀਆਂ ਲੈ ਕੇ ਗਈਆਂ ਸੀ, ਇਹ ਗੱਲ ਝੂਠ ਹੈ। ਪੁਖਤਾ ਜਵਾਬ ਨਹੀਂ ਦਿੱਤਾ, ਇੰਨੇ ਚਿਰ 'ਚ ਸਾਨੂੰ ਖਨੌਰੀ ਵਾਲੇ ਬਾਰਡਰ ਵਾਲੇ ਪਾਸਿਓਂ ਫੋਨ ਆ ਗਿਆ ਕਿ ਅਸੀਂ ਦਿੱਲੀ ਉੱਧਰਲੇ ਬਾਰਡਰ ਤੋਂ ਗਏ ਹਾਂ। ਪਰ ਅਸੀਂ ਜਥੇਬੰਦੀਆਂ ਨੂੰ ਆਪਣਾ ਸਾਰਾ ਕੁਝ ਕਹਿਤਾ ਵੀ ਤੁਸੀਂ ਸਾਡੇ ਆਗੂ ਹੋ, ਤੁਸੀਂ ਖੇਤੀ ਦੀ ਲੜਾਈ ਲੜਦੇ ਆਉਂਦੇ ਹੋ, ਚਾਹੇ ਤੁਸੀਂ ਇੱਕ ਦਿਨ ਬਾਅਦ 'ਚੋਂ ਗਏ ਹੋ, ਤੁਸੀਂ 2 ਦਿਨ ਬਾਅਦ 'ਚੋਂ ਗਏ ਹੋ, ਸਾਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ, ਤੁਸੀਂ ਗੌਰਮੈਂਟ ਨਾਲ ਗੱਲਬਾਤ ਕਰੋ। ਪਰ ਜਦੋਂ ਦਿੱਲੀ ਗਏ ਹਾਂ ਲੈ ਕੇ ਕੋਈ ਨਹੀਂ ਗਿਆ, ਇੱਕ ਸਾਡੇ ਦਿਲ 'ਚ ਦਰਦ ਸੀਗਾ, ਅਸੀਂ ਆਪ ਮੁਹਾਰੇ ਗਏ ਹਾਂ, ਫਿਰ ਦੂਜਾ ਦਰਦ ਕਦੋਂ ਉੱਠਿਆ? ਜਦੋਂ ਅਸੀਂ 26 ਤਰੀਕ ਵਾਲੇ ਟਰੈਕਟਰ ਰੈਲੀ ਕਰਨ ਗਏ, ਉਦੋਂ ਕਿਵੇਂ ਟਰੈਕਟਰਾਂ 'ਚ ਟਰਾਲੀਆਂ 'ਚ ਟਰੈਕਟਰ ਭਰ ਭਰ ਕੇ ਪੂਰੀ ਪੰਜਾਬ ਦੀ ਨੌਜਵਾਨੀ, ਮਤਲਬ ਪੂਰੇ ਭਾਰਤ 'ਚੋਂ ਕਿਸਾਨ ਆਏ, ਕਿਉਂਕਿ ਸੈਂਟਰ ਗੌਰਮੈਂਟ ਜਿਹੜੀ ਇਹ ਗੱਲ ਕਹਿ ਰਹੀ ਸੀਗੀ ਕਿ ਪੰਜਾਬ ਦੇ ਲੋਕਾਂ ਨੂੰ ਇਕੱਲੀ ਇਹਨਾਂ ਬਿੱਲਾਂ ਤੋਂ ਪ੍ਰੋਬਲਮ ਹੈ, ਉਹਦਾ ਤਾਂ ਮੂੰਹ ਤੋੜ ਜਵਾਬ ਅਸੀਂ ਪਹਿਲੇ ਦਿਨ ਹੀ ਦਿੱਤਾ ਸੀ ਨਾ, ਜਦੋਂ ਨਾਲ ਗਏ ਇੱਥੋਂ ਹਰਿਆਣਾ ਸਾਡੇ ਨਾਲ ਚੱਲ ਪਿਆ। ਹਰਿਆਣੇ ਦਾ ਇੱਕ ਵੱਡਾ ਯੋਗਦਾਨ ਹੈ ਇਸ ਅੰਦੋਲਨ ਦੇ ਵਿੱਚ, ਉਧਰੋਂ ਯੂਪੀ ਆ ਗਿਆ, MP ਆ ਗਿਆ, ਰਾਜਸਥਾਨ ਆ ਗਿਆ, ਚਾਰੇ ਪਾਸਿਓਂ ਆਪਾਂ ਦਿੱਲੀ ਨੂੰ ਘੇਰਾ ਪਾ ਲਿਆ ਸੀ। ਉਦੋਂ ਆਮ ਪਿੰਡਾਂ 'ਚ ਗੱਲਾਂ ਹੁੰਦੀਆਂ ਸੀ ਕਿ ਹੁਣ ਮੋਦੀ ਗੌਰਮੈਂਟ ਨੂੰ ਇਹ ਬਿੱਲ ਰੱਦ ਕਰਨੇ ਪੈਣਗੇ, ਕਿਉਂਕਿ 25-30 ਲੱਖ ਕਿਸਾਨ ਹੈ ਜਿਹੜਾ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚ ਚੁੱਕਿਆ। ਅੱਜ ਆਪਾਂ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਅੱਜ ਆਪਾਂ ਪਿੰਡਾਂ 'ਚ ਇਹ ਗੱਲ ਕਰਦੇ ਹਾਂ ਕਿ ਬਾਈ ਹੁਣ ਪਤਾ ਨਹੀਂ ਕੀ ਬਣੂਗਾ, ਅੱਗੇ ਪਤਾ ਨਹੀਂ ਹੁਣ ਕੁਛ ਹੋਊਗਾ ਕਿ ਨਹੀਂ ਹੋਊਗਾ। ਇਹ ਕੋਈ ਮੈਂ ਤੁਹਾਨੂੰ ਇੱਥੇ ਨਾ ਪੱਖੀ ਧਾਰਨਾ ਨਹੀਂ ਪੈਦਾ ਕਰਨਾ ਆ, ਕੋਈ ਨੈਗੇਟਿਵਿਟੀ ਪੈਦਾ ਨਹੀਂ ਕਰਨਾ ਆ। ਹੋ ਸਕਦਾ ਅਸੀਂ ਖੇਤ ਪਾਉਣੇ ਆ, ਸਾਡੇ ਕੰਮ ਵੀ ਹੋ ਸਕਦੇ ਆ, ਸਾਡਾ ਭਾਈਚਾਰਾ ਉੱਥੇ ਬੈਠਾ, ਪਰ ਜਿਹੜੀ ਇੱਕ ਵੱਡੀ ਗਿਣਤੀ ਦੀ ਲੋੜ ਸੀ ਉਹ ਅੱਜ ਉੱਥੇ ਪੰਜਾਬ ਦੀ ਘਟ ਗਈ। ਅੱਜ ਇੱਕ ਵਾਰੀ ਫਿਰ ਸਾਨੂੰ ਸੋਚ ਵਿਚਾਰ ਕਰਨੀ ਪੈਣੀ ਹੈ ਕਿ ਨਾ ਤਾਂ ਕਿਸੇ ਨੇ ਕੋਈ ਸਾਡਾ ਗੌਰਮੈਂਟਾਂ ਨੇ ਪੱਖ ਪੂਰਨਾ, ਸਾਡੇ ਕੋਲ ਸਿਰਫ ਇੱਕੋ ਹੀ ਰਾਸਤਾ, ਉਹ ਹੈਗੀ ਆ ਮੈਨ ਪਾਵਰ, ਜਿਹਨੂੰ ਆਪਾਂ ਇਕੱਠ ਕਹਿ ਦਈਏ। ਜਦ ਤੱਕ ਆਪਾਂ ਵੱਡੀ ਗਿਣਤੀ 'ਚ, ਫਿਰ ਤੁਸੀਂ ਹੁਣ ਸੋਚੋਗੇ ਵੀ ਇਕੱਠ ਵੀ ਅਸੀਂ ਕਰਕੇ ਦੇਤਾ ਉੱਥੇ, ਕਿੰਨੀ ਦੁਨੀਆ ਉੱਥੇ, ਕਿਉਂਕਿ ਇਕੱਠ ਵੱਲੋਂ ਵੀ ਕੋਈ ਕਮੀ ਨਹੀਂ ਛੱਡੀ, ਪੰਜਾਬ ਨੇ ਕਿਸੇ ਚੀਜ਼ ਵੱਲੋਂ ਕੋਈ ਕਮੀ ਨਹੀਂ ਛੱਡੀ। ਤਾਂ ਜਦੋਂ ਸਰਕਾਰਾਂ ਇੰਨੀਆਂ ਨਿਕੰਮੀਆਂ ਹੋਣ, 11 ਵਾਰੀ ਸਾਡੀ ਸੰਯੁਕਤ ਮੋਰਚੇ ਦੀ ਟੀਮ ਉੱਥੇ ਗਈ, 11 ਵਾਰੀ ਉਹਨਾਂ ਨੇ ਬਰੰਗ ਲਫਾਫੇ ਵਾਂਗੂ ਮੋੜਤੀ, ਜਦੋਂ ਤੁਸੀਂ ਸੋਚ ਸਕਦੇ ਹੋ ਵੀ ਜਿਹੜਾ ਖੇਤੀਬਾੜੀ ਮੰਤਰੀ, ਜਿਹੜਾ ਸੂਬਾ, ਜਿਹੜਾ ਦੇਸ਼ ਖੇਤੀਬਾੜੀ ਦੇ ਨਾਂ 'ਤੇ ਵੱਸਦਾ, ਜੇ ਉਹ ਅੱਜ ਵੀ ਇਹ ਗੱਲ ਕਹਿ ਸਕਦਾ, ਤਾਂ ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਉਹਨਾਂ 'ਤੇ, ਉਹਨਾਂ ਸੁਸਾਇਟੀਆਂ ਦਾ, ਏਜੰਸੀਆਂ ਦਾ, ਕਾਰਪੋਰੇਟ ਦਾ ਪ੍ਰੈਸ਼ਰ ਹੈ, ਉਹ ਕਿਉਂ ਨਹੀਂ ਸਾਡੀ ਅੱਗੇ ਵੋਟਾਂ ਆਈਆਂ ਖੜੀਆਂ ਨੇ? ਅਤੇ BJP ਨੂੰ ਤਾਂ ਪੱਕਾ ਹੀ ਪਤਾ ਨਾ ਸਾਡਾ ਤਾਂ ਇੱਥੋਂ ਮਲੀਆ ਮੇਟ ਹੀ ਹੋ ਜਾਣਾ, ਤਾਂ ਵੀ ਜੇ ਉਹ ਕਾਨੂੰਨ ਰੱਦ ਨਹੀਂ ਕਰ ਰਹੇ ਤਾਂ ਤੁਸੀਂ ਇਹ ਸੋਚੋ ਵੀ ਉਹਨਾਂ ਦੀ ਕਿੱਡੀ ਵੱਡੀ ਮਜਬੂਰੀ ਹੈ। ਹੁਣ ਰੱਦ ਕਿਵੇਂ ਹੋਣਗੇ? ਰੱਦ ਹੋਣ ਦਾ ਬਾਈ ਜੀ ਬਸ ਇੱਕੋ ਹੀ ਚਾਂਸ ਹੈ ਵੀ ਜਦੋਂ ਤੱਕ ਆਪਾਂ ਵੱਡੀ ਗਿਣਤੀਆਂ 'ਚ ਕਾਫਲੇ ਲੈ ਕੇ, ਜਿਵੇਂ ਹਰਿਆਣਾ ਸਾਡੇ ਨਾਲ ਵਾਲਾ ਸੂਬਾ ਨਹੀਂ ਕਰ ਰਿਹਾ, ਕਿਤੇ ਨਾ ਕਿਤੇ ਜਦੋਂ ਲਹਿਰਾਂ ਚੱਲਦੀਆਂ ਨੇ, ਲਹਿਰਾਂ ਦੇ ਨਾਲ ਪ੍ਰੋਗਰਾਮ ਬਹੁਤ ਜ਼ਰੂਰੀ ਹੁੰਦੇ ਆ, ਕਿਉਂਕਿ ਜਦੋਂ ਲਹਿਰ ਦਾ ਕੋਈ ਪ੍ਰੋਗਰਾਮ ਨਾ ਦਿੱਤਾ ਜਾਵੇ, ਕੋਈ ਸਾਨੂੰ ਕਾਲ ਨਾ ਆਵੇ, ਕਿਤੇ ਨਾ ਕਿਤੇ ਲੋਕ ਉਹਦੇ ਨਾਲ ਟੁੱਟਣਾ ਸ਼ੁਰੂ ਹੋ ਜਾਂਦੇ ਆ। ਪਿਛਲੇ 3 ਮਹੀਨਿਆਂ ਤੋਂ ਸਾਨੂੰ ਕੋਈ ਉੱਦਾਂ ਦਾ ਪੁਖਤਾ ਪ੍ਰੋਗਰਾਮ ਜਥੇਬੰਦੀਆਂ ਵੱਲੋਂ ਨਹੀਂ ਦਿੱਤਾ ਗਿਆ ਸੀ, ਚਾਹੇ ਕੋਰੋਨਾ ਲਾ ਲਓ ਤਾਂ ਨਹੀਂ ਦਿੱਤਾ ਗਿਆ ਸੀ, ਚਾਹੇ ਕੋਈ ਹੋਰ ਰੀਜ਼ਨ ਲਾ ਲਓ। ਪਰ BJP ਦੀ ਸਰਕਾਰ ਹੈ ਸਾਡੇ ਗੁਆਂਢੀ ਸੂਬੇ 'ਚ ਹਰਿਆਣੇ 'ਚ, ਲਗਾਤਾਰ ਉਹ ਫਿਰ ਵੀ ਸਰਗਰਮ ਨੇ, ਉਹਨਾਂ ਦੇ ਪਰਚੇ ਪੈ ਰਹੇ ਨੇ, ਕਦੇ DC ਦਾ ਘਰਾ ਕਰਦੇ, ਤੁਸੀਂ ਦੇਖ ਹੀ ਰਹੇ ਹੋ, 5000 ਬੰਦੇ ਨੂੰ ਬੁਲਾਉਂਦੇ ਆ, 50000 ਬੰਦਾ ਉੱਥੇ ਪਹੁੰਚ ਜਾਂਦਾ।
ਉੱਥੇ ਲੀਡਰ ਹੈ ਇੱਕ ਕੱਲਾ, ਹੱਦ ਦੋ ਹੋਣਗੇ ਤਿੰਨ ਹੋਣਗੇ, ਸਾਡੇ ਕੋਲ ਨੇ 32 ਤੇ ਸਾਡੇ ਜ਼ਿਲ੍ਹੇ ਹੈਗੇ ਆ 23, ਪਹਿਲਾਂ 22 ਸੀ ਹੁਣ ਇੱਕ ਨਵਾਂ ਬਣ ਗਿਆ। ਜੇ ਸਾਰੇ ਆ ਕੇ ਅੱਜ ਮੈਂ ਆਪ ਜੀ ਦੇ ਪਿੰਡ 'ਚ ਕਹਿ ਕੇ ਜਾਊਂਗਾ, ਜਿਹੜੇ ਨੌਜਵਾਨ ਮੇਰੇ ਨਾਲ ਜੁੜੇ ਆ ਜਾਂ ਕਿਸਾਨੀ ਨੂੰ ਪਿਆਰ ਕਰਦੇ ਆ, ਉਹ ਦਿੱਲੀ ਵੱਲ ਨੂੰ ਚਾਲਾ ਪਾ ਲੈਣਗੇ। ਜਦੋਂ ਕੋਈ ਇੱਥੇ ਜਥੇਬੰਦੀ ਦਾ ਇੱਕ ਵੱਡਾ ਲੀਡਰ ਆਊਗਾ, ਜਦੋਂ ਉਹ ਕਹਿ ਕੇ ਜਾਊਗਾ ਕਿ ਭਾਈ ਫਲਾਣੀ ਤਰੀਕ ਨੂੰ ਇੱਥੋਂ ਅਸੀਂ ਦਿੱਲੀ ਨੂੰ ਜਾਣਾ, ਤਾਂ ਉਹਦੇ ਨਾਲ ਜਿਹੜਾ ਵੱਧ ਭਾਈਚਾਰਾ ਨਾਲ ਚੱਲਣਾ ਚਾਹੂਗਾ। ਇਹ ਫਰਕ ਹੀ ਹੁੰਦਾ, ਕਿਉਂਕਿ ਉਹ ਉਹਨਾਂ ਦਾ ਫੀਲਡ ਹੈ, ਉਹਨਾਂ ਦਾ ਕਿੱਤਾ ਹੈ। ਸੋ ਅੱਜ ਸਾਨੂੰ ਲੋੜ ਹੈ, ਜਿਵੇਂ ਹਰਿਆਣਾ ਸਾਡਾ ਗੁਆਂਢੀ ਸੂਬਾ ਕਰ ਰਿਹਾ, ਕਿ ਅਸੀਂ ਆਪਦੇ ਹਲਕਿਆਂ 'ਚ ਆਪਦੇ ਪਿੰਡਾਂ 'ਚ ਵੱਡੇ ਇਕੱਠ ਰੱਖੀਏ ਅਤੇ ਇਹ ਵਿਚਾਰ ਬਣਾਈਏ। ਹੁਣ ਹਰੇਕ ਪਿੰਡ 'ਚੋਂ ਜਦੋਂ ਅਸੀਂ ਗੱਲਬਾਤ ਖਤਮ ਕਰ ਲੈਂਦੇ ਹਾਂ, ਹਰੇਕ ਪਿੰਡ 'ਚੋਂ ਸਾਨੂੰ ਵੀਰ ਕਹਿੰਦੇ ਆ, ਬਾਈ ਜੀ ਸਾਡੇ ਤਾਂ ਉੱਥੇ ਬੰਦੇ ਬੈਠੇ ਆ, 10 ਬੰਦੇ ਬੈਠੇ ਆ। ਜੇ ਆਪਣੇ ਪੰਜਾਬ 'ਚ ਲੋਕ ਬੈਠੇ ਆ, ਇਕੱਠ ਉੱਥੇ ਤਾਂ ਹੀ ਵੱਡਾ। ਪਰ ਵੀਰੋ ਅੱਜ ਉੱਥੇ 10 ਬੰਦਿਆਂ ਦੀ ਆਪਾਂ ਨੂੰ ਜਿਹੜੀ ਪੂਰਤੀ ਹੈ ਉਹ ਬਹੁਤ ਘੱਟ ਹੈ, ਸਾਨੂੰ ਗਿਣਤੀ ਵਧਾਉਣੀ ਪਊਗੀ। ਸੋ ਸਾਡਾ ਮੁੱਦਾ ਪਿੰਡਾਂ 'ਚ ਜਾ ਕੇ ਬੇਨਤੀ ਕਰਨ ਦਾ ਇਹੀ ਹੈ ਕਿ ਅਸੀਂ ਸਾਰੇ ਪੰਜਾਬ ਦਾ ਦੌਰਾ ਤਾਂ ਨਹੀਂ ਕਰ ਸਕਦੇ, ਕਿਉਂਕਿ 12,500 ਤੋਂ ਉੱਤੇ ਪਿੰਡ ਹੈ, 4-5 ਮਹੀਨੇ ਲੱਗ ਜਾਣਗੇ। ਅਸੀਂ ਜਿੰਨਾ ਸਾਡੇ ਤੋਂ ਹੋ ਸਕਦਾ ਉੱਥੇ ਜਾ ਕੇ ਸੰਗਤ ਨੂੰ ਇਹ ਬੇਨਤੀ ਕਰ ਸਕਦੇ ਹਾਂ ਕਿ ਜੇ ਆਪਾਂ ਆਪਣੇ ਖੇਤ ਬਚਾਉਣੇ ਹੈ। ਚਲੋ ਜਦੋਂ ਜਮਾਂ ਹੀ ਗੱਲ ਕੰਡਿਆਂ ਦੀ ਆ ਗਈ, ਫਿਰ ਮੈਨੂੰ ਬਹੁਤੇ ਵੀਰਾਂ ਦੀ, ਨੌਜਵਾਨ ਵੀਰਾਂ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੁੰਦੀ ਹੈ ਕਿ ਬਾਈ ਠੀਕ ਹੈ ਸਾਡੇ ਤੋਂ ਨਹੀਂ ਜਾਇਆ ਜਾਂਦਾ, ਅਸੀਂ ਮੰਨਦੇ ਹਾਂ, ਪਰ ਫਿਰ ਦੱਬਣ ਦਾ ਸਾਡੀਆਂ ਜ਼ਮੀਨਾਂ ਪੰਜਾਬ 'ਚ ਆਉਣਗੇ, ਫਿਰ ਅਸੀਂ ਦੇਖਾਂਗੇ ਵੀ ਕਿਵੇਂ ਦੱਬਦੇ ਆ। ਤਾਂ ਪਰ ਠੀਕ ਹੈ, ਉਹ ਸਾਡਾ ਜੋਸ਼ ਹੋ ਸਕਦਾ ਵੀ ਦੱਬਣ ਤਾਂ ਪੰਜਾਬ ਦੀਆਂ ਜ਼ਮੀਨਾਂ ਖੇਤਾਂ 'ਚ ਆਉਣਗੇ। ਜਿਸ ਦਿਨ ਉਹ ਉਸ ਲੈਵਲ ਤੱਕ ਆ ਗਏ ਸੈਂਟਰ ਗੌਰਮੈਂਟ, ਉਦਣ ਫਿਰ ਉਹ ਇੱਥੇ ਇੰਨੀ ਆਰਮੀ ਫੋਰਸ ਲਾ ਕੇ ਐਮਰਜੈਂਸੀ ਲਾ ਦੇਣਗੇ, ਫਿਰ ਸਾਡੇ ਹੱਥ ਪੱਲੇ ਕੁਛ ਨਹੀਂ ਆਉਣਾ। ਫਿਰ ਬਜ਼ੁਰਗਾਂ ਨੇ ਉਹ ਹਾਲਾਤ ਹੰਢਾਏ ਆ, ਉਹ ਇਹਨਾਂ ਨੂੰ ਸਭ ਨੂੰ ਪਤਾ ਵੀ ਉਸ ਦੌਰ 'ਚ, ਕਿਉਂਕਿ ਸਟੇਟ ਕੋਲ ਬਹੁਤ ਵੱਡੀਆਂ ਵੱਡੀਆਂ ਪਾਵਰਾਂ ਹੁੰਦੀਆਂ ਨੇ। ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਹਰ ਇੱਕ ਪਿੰਡ 'ਚ ਜਾ ਕੇ ਕਿ ਉਹ ਨੌਬਤੀ ਨਾ ਆਵੇ ਵੀ ਸਾਨੂੰ ਸਿੱਧੀ ਟੱਕਰ ਲੈਣੀ ਪਵੇ ਉਹਨਾਂ ਨਾਲ। ਧਰਨੇ 'ਚ ਇੰਨੀ ਪਾਵਰ ਹੈ ਪੂਰੀ ਦੁਨੀਆਂ ਦੇ ਮੂਹਰੇ, ਪੂਰੀ ਦੁਨੀਆਂ ਦੇ ਮੂਹਰੇ। ਅੱਜ ਬੀਜੇਪੀ ਗੌਰਮੈਂਟ ਦੀ ਇੰਨੀ ਥੂ-ਥੂ, ਇੰਨੀ ਬੇਇੱਜ਼ਤੀ ਹੋਈ ਪਈ ਆ, ਤੁਸੀਂ ਸੋਚ ਨਹੀਂ ਸਕਦੇ। ਗੋਰੇ ਆ ਜਿਹੜੇ, ਇੰਗਲੈਂਡ ਤੋਂ ਮੈਨੂੰ ਕਿਸੇ ਵੀਰ ਦਾ ਫੋਨ ਆ ਗਿਆ, ਉਹ ਟੈਕਸੀ ਚਲਾਉਂਦਾ ਸੀ, ਉਹ ਕਹਿੰਦਾ ਮੇਰੇ ਨਾਲ ਗੋਰਾ ਬੈਠਾ ਮੇਰੀ ਟੈਕਸੀ 'ਚ ਪਿੱਛੇ, ਅਤੇ ਉਹਨੇ ਮੈਨੂੰ ਕਿਹਾ, ਪੁੱਛਣ ਲੱਗ ਗਿਆ, ਗੱਲਬਾਤ ਕਰਨ ਲੱਗ ਗਿਆ ਵੀ ਤੂੰ ਕਿੱਥੋਂ ਹੈ, ਉਹ ਕਹਿੰਦਾ ਮੈਂ ਇੰਡੀਆ ਤੋਂ ਹੈ। ਕਹਿੰਦਾ ਵੀ ਗੋਰੇ ਨੇ ਹੁੱਬ ਕੇ ਕਿਹਾ ਵੀ ਇੰਡੀਆ, ਉਹ ਜਿਹੜਾ ਫਾਰਮਰ ਪ੍ਰੋਟੈਸਟ, ਉਹਨੂੰ ਇੱਕ ਜੇ ਅੱਜ ਗੋਰਿਆਂ ਨੂੰ ਵੀ ਪਤਾ ਵੀ ਇੰਡੀਆ 'ਚ ਫਾਰਮਰ ਪ੍ਰੋਟੈਸਟ ਹੋ ਰਿਹਾ, ਕਿਸਾਨ ਆਪਦੀਆਂ ਹੱਕਾਂ ਦੇ ਲਈ ਅੜੇ ਹੋਏ ਆ, ਤਾਂ ਸਾਡੀ ਜਿਹੜੀ ਜਿੱਤ ਹੈ ਉਹਦੇ ਉਹ ਯਕੀਨੀ ਹੈ, ਗੌਰਮੈਂਟ ਨੂੰ ਝੁਕਣਾ ਹੀ ਪਊਗਾ। ਬਸ ਉਹ ਹੁਣ ਇਹ ਕੰਮ ਚੱਲ ਪਿਆ ਵੀ ਵੱਧ ਗਏ, ਕਦੇ ਘੱਟ ਗਏ, ਕਦੇ ਪੜਾਅ ਆਉਣ ਲੱਗ ਗਏ। ਹੁਣ ਗੌਰਮੈਂਟ ਠੰਡੀ ਕਿਉਂ ਹੋ ਗਈ, ਉਹਨਾਂ ਨੂੰ ਲੱਗਿਆ ਵੀ ਜਿਹੜਾ ਵੱਡਾ ਕੱਟ ਸੀ ਉਹ ਇੱਥੋਂ ਜਾ ਚੁੱਕਿਆ, ਹੁਣ ਜਦੋਂ ਦੁਬਾਰੇ ਆਪਾਂ ਇੱਕ ਪ੍ਰੈਸ਼ਰ ਪਾਵਾਂਗੇ ਉਹਨਾਂ 'ਤੇ, ਜਾ ਕੇ ਇਕੱਠ ਕਰਾਂਗੇ, ਉਹ ਇਹਨਾਂ ਬਿੱਲਾਂ ਨੂੰ ਰੱਦ ਕਰਨਗੇ, 200% ਕਰਨਗੇ, ਕਿਉਂਕਿ ਸਿਆਣਿਆਂ ਦੇ ਕਹਿਣ ਵਾਂਗੂ ਕਿ ਹਾਥੀ ਲੰਘਿਆ ਹੋਇਆ, ਇਕੱਲੀ ਪੂਛ ਹੀ ਬਾਕੀ ਹੈ। ਮੈਨੂੰ ਇੱਕ ਬੜੀ ਇੱਕ ਮੈਂ ਖਫਾ ਸੀ ਇਸ ਚੀਜ਼ ਤੋਂ ਕਿ ਸਾਡਾ ਕਿਸਾਨ ਭਾਈਚਾਰਾ ਬੰਗਾਲ ਦੇ ਵਿੱਚ ਗਿਆ ਅਤੇ ਮਮਤਾ ਦੀ ਸਰਕਾਰ ਬਣਾ ਕੇ ਆਇਆ, ਉੱਥੇ ਡਟ ਕੇ ਉਹਦਾ ਸਮਰਥਨ ਕੀਤਾ, ਪਰ ਮਮਤਾ ਇੱਕ ਦਿਨ ਸਾਡੇ ਕਿਸਾਨਾਂ ਵਾਸਤੇ ਨਹੀਂ ਬੋਲੀ। ਪਹਿਲੀ ਵਾਰੀ ਉਹ ਬੋਲੀ ਅਤੇ ਉਹਨੇ ਧੰਨਵਾਦ ਹੀ ਕੀਤਾ। ਧੰਨਵਾਦ ਤਾਂ ਇੱਕ ਹਾਰਿਆ ਹੋਇਆ MLA ਵੀ ਆਪਣੇ ਵਰਕਰਾਂ ਦਾ ਕਰ ਸਕਦਾ, ਪਰ ਕੱਲ੍ਹ ਪਰਸੋਂ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਰਿਕੁਐਸਟ ਕਹਿ ਦੁਬਾਰੇ ਮਮਤਾ ਕੋਲ ਗਿਆ ਅਤੇ ਮਮਤਾ ਬਹੁਤ ਖੁੱਲ੍ਹ ਕੇ ਬੋਲੀ ਹੈ ਕਿ ਗੌਰਮੈਂਟ ਨੂੰ ਚਾਹੀਦਾ ਕਿ ਇਹ ਕਾਲੇ ਕਾਨੂੰਨ ਰੱਦ ਕਰਨ, ਅਤੇ ਉਹਨੇ ਇਹ ਸਾਨੂੰ ਯਕੀਨ ਵੀ ਦਵਾਇਆ ਕਿ ਆਉਣ ਵਾਲੇ ਸਮੇਂ 'ਚ ਜੇ ਗੌਰਮੈਂਟ ਨਾ ਮੰਨੀ ਤਾਂ ਮੈਂ ਤੁਹਾਡੇ ਨਾਲ ਖੜੂੰਗੀ, ਮੋਢੇ ਨਾਲ ਮੋਢਾ ਲਾ ਕੇ। ਹੁਣ ਗੌਰਮੈਂਟ ਦੇ ਕੋਲ ਸਿਰਫ ਵੋਟਾਂ ਦੀ ਰਾਜਨੀਤੀ ਹੁੰਦੀ ਹੈ, ਹੁਣ ਉੱਥੇ ਅਸੀਂ ਇਕੱਠ ਕਰਨ ਨੂੰ ਕਿਉਂ ਕਹਿ ਰਹੇ ਹਾਂ ਵਾਰ ਵਾਰ ਪਿੰਡਾਂ 'ਚ ਜਾ ਕੇ, ਕਿਉਂਕਿ ਅੱਗੇ UP ਦੀਆਂ ਇਲੈਕਸ਼ਨਾਂ ਆ ਗਈਆਂ, ਉਹ ਤੋਂ ਬਾਅਦ ਪੰਜਾਬ ਦੀਆਂ ਇਲੈਕਸ਼ਨਾਂ ਆ ਗਈਆਂ। ਚਲੋ ਪੰਜਾਬ ਨੂੰ ਤਾਂ ਕਿਸੇ ਗਿਣਤੀ 'ਚ ਨਹੀਂ ਮੰਨਦੇ ਉਹ, UP ਇੱਕ ਵੱਡਾ ਸੂਬਾ, ਉੱਥੋਂ ਸਰਕਾਰਾਂ ਪਲਟਦੀਆਂ ਨੇ, ਸਭ ਦਾ ਜ਼ੋਰ UP 'ਤੇ ਤਾਂ ਕਰਕੇ ਲੱਗਦਾ। ਰਾਜੇਵਾਲ ਜੀ ਨੇ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਅਤੇ ਇਹ ਗੱਲ ਕਹੀ ਹੈ, ਜੇ ਤੁਸੀਂ ਸਾਡੀ ਗੱਲ ਨਾ ਸੁਣੀ ਤਾਂ ਅਸੀਂ UP 'ਚ ਵੀ ਜਾ ਕੇ ਤੁਹਾਡਾ ਵਿਰੋਧ ਕਰਾਂਗੇ। ਬੰਗਾਲ ਵੀ ਇੱਕ ਵੱਡਾ ਸੂਬਾ, ਬੰਗਾਲ 'ਚ ਤਾਂ ਇਲੈਕਸ਼ਨ ਉਹ ਵੈਸੇ ਹੀ ਹਾਰ ਚੁੱਕੇ ਹੈ। ਜੇ ਉਹਨਾਂ ਨੂੰ ਲੱਗਿਆ ਵੀ ਕਿਸਾਨ UP 'ਚ ਜਾ ਕੇ ਵੀ ਸਾਡਾ ਵਿਰੋਧ ਕਰਨਗੇ, ਜੇ UP ਸਾਡੇ ਹੱਥੋਂ ਨਿਕਲ ਗਿਆ ਤਾਂ ਸਾਡੇ ਪੱਲੇ ਕੁਛ ਨਹੀਂ ਬਚਣਾ, ਤਾਂ ਕਰਕੇ ਆਪ ਜੀ ਦੇ ਨਗਰਾਂ 'ਚ ਜਾ ਕੇ ਇਹ ਬੇਨਤੀ ਕਰੀਦੀ ਹੈ ਕਿ ਦੁਬਾਰੇ ਵੱਡੀ ਗਿਣਤੀ 'ਚ ਜੇ ਆਪਾਂ ਇਹ ਮਸਲਾ ਹੱਲ ਕਰਵਾਉਣਾ, ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ, ਇੱਕ ਵੱਡੇ ਕਾਫਲੇ ਅਸੀਂ ਪਿੰਡਾਂ 'ਚੋਂ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ, ਜਿਵੇਂ ਹਰਿਆਣਾ ਕਰਦਾ ਇੱਕ ਦਿਨ ਰੱਖ ਦਿੰਦੇ ਆ ਕਿ 19 ਤਰੀਕ ਨੂੰ ਇੱਥੋਂ ਚੱਲੀਏ, 19 ਤਰੀਕ ਨੂੰ ਇੱਥੋਂ ਆਹ ਜ਼ਿਲ੍ਹੇ 'ਚੋਂ ਚੱਲੀਏ, 19 ਤਰੀਕ ਨੂੰ ਆਹ ਜ਼ਿਲ੍ਹੇ 'ਚੋਂ 10,000 ਬੰਦਾ। ਜਦੋਂ ਸਾਡਾ ਹੀ ਜ਼ਿਲ੍ਹੇ ਵਾਈਜ਼ ਆਵਾਜਾਈ ਖੁੱਲ੍ਹ ਜੂਗੀ, ਹਲਕੇ ਵਾਜ਼ ਆਵਾਜਾਈ ਖੁੱਲ੍ਹ ਜੂਗੀ, ਹਜ਼ਾਰਾਂ ਦੀ ਗਿਣਤੀ 'ਚ ਟਰਾਲੀਆਂ ਦੁਬਾਰੇ ਸ਼ੰਭੂ ਬਾਰਡਰ ਨੂੰ, ਟਿੱਕਰੀ ਬਾਰਡਰ ਨੂੰ, ਜਿਹੜਾ ਜਿੱਥੇ ਜਾਣਾ ਚਾਹੁੰਦਾ ਜਾਣ ਲੱਗ ਜਾਂਗੇ, ਤਾਂ ਗੌਰਮੈਂਟ ਨੂੰ ਇਹ ਲੱਗੂਗਾ ਕਿ ਕਿਸਾਨਾਂ ਨੇ ਜਿਹੜੀ ਹਲਚਲ ਦੁਬਾਰੇ ਸ਼ੁਰੂ ਕੀਤੀ ਹੈ।
ਤਾਂ ਜਿਹੜੇ ਸਾਡੇ ਜਥੇਦਾਰ ਨੇ ਮੂਹਰੇ ਉਹਨਾਂ ਨੂੰ ਵੀ ਲੱਗੂਗਾ ਵੀ ਸਾਡੇ ਲੋਕ ਪਿੱਛੋਂ ਲਗਾਤਾਰ ਪਿੰਡਾਂ ਚੋਂ ਆ ਰਹੇ ਹੈ, ਅਸੀਂ ਕੋਈ ਨਾ ਕੋਈ ਫੈਸਲਾ ਲੈਣਾ। ਸੋ ਹੁਣ ਜ਼ਿੰਮੇਵਾਰੀ ਸਾਡੀ ਬਣਦੀ, ਅਸੀਂ ਮੰਨਦੇ ਹਾਂ ਲੰਬਾ ਬੇਸ਼ੱਕ ਹੋ ਗਿਆ, ਪਰ ਜਦੋਂ ਗੌਰਮੈਂਟਾਂ ਇੰਨੀਆਂ ਨਕੰਮੀਆਂ ਹੋਣ, ਜਿੱਥੇ ਮੁੱਖ ਮੰਤਰੀ ਐਡੇ ਨਕੰਮੇ ਹੋਣ, ਜਿਹੜੇ 500 ਕਿਸਾਨ, ਜਿਹੜਾ ਭਾਰਤ ਹੈ ਪੂਰਾ ਕਿਸਾਨੀ ਤੇ ਨਿਰਭਰ ਕਰਦਾ ਹੈ। ਪਿਛਲੇ ਦਿਨਾਂ 'ਚ ਪ੍ਰਧਾਨ ਮੰਤਰੀ ਨੇ ਇੱਕ ਪ੍ਰੋਪੋਗੰਡਾ ਜਿਹਾ ਕੀਤਾ, ਕਾਨਫਰੰਸ ਕੀਤੀ, ਉਹਦੇ 'ਚ ਕਰੋਨਾ 'ਚ ਜਿਹੜੇ ਵੀਰ ਗਏ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਸਾਡੇ ਵੀ ਜੀ ਗਏ ਹੈ, ਅਸੀਂ ਵੀ ਉਹਨਾਂ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਪਰ ਪ੍ਰਧਾਨ ਮੰਤਰੀ ਤੋਂ 30 ਕਿਲੋਮੀਟਰ ਗਵਾਂਢ 'ਤੇ ਬੈਠੇ ਅੱਜ 500 ਕਿਸਾਨ ਸਾਡਾ ਸ਼ਹੀਦ ਹੋ ਚੁੱਕੇ ਹੈ। ਆ ਪਰਸੋਂ 'ਚ ਕੱਲ੍ਹ ਰਾਤ ਮੀਂਹ ਆ ਕੇ ਹਟਿਆ, ਤੁਸੀਂ ਤਸਵੀਰਾਂ ਦੇਖੋ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਆ ਉੱਥੇ। ਉਹ ਧੰਨ ਨੇ ਉਹ ਬਜ਼ੁਰਗ ਸਾਡੇ, ਧੰਨ ਨੇ ਉਹ ਮਾਵਾਂ ਜਿਹੜੀਆਂ ਲਗਾਤਾਰ ਉੱਥੇ ਬੈਠੀਆਂ ਨੇ, ਧੰਨ ਨੇ ਉਹ ਸਾਡੇ ਭਰਾ ਜਿਹੜੇ ਲਗਾਤਾਰ ਉੱਥੇ ਬੈਠੇ ਆ, ਸੌਹਾਂ ਪਾ ਕੇ ਵੀ ਜਾਂ ਤਾਂ ਮਰ ਕੇ ਜਾਵਾਂਗੇ ਜਾਂ ਜਿੱਤ ਕੇ ਜਾਵਾਂਗੇ, ਦੂਜੀ ਸਾਡੇ ਤੋਂ ਗੱਲ ਹੀ ਨਹੀਂ ਹੋਣੀ। ਇੱਕ ਸ਼ਬਦ ਪ੍ਰਧਾਨ ਮੰਤਰੀ ਦੇ ਮੂੰਹੋਂ ਉਹਨਾਂ ਕਿਸਾਨਾਂ ਲਈ ਨਹੀਂ ਨਿਕਲਿਆ, ਤੁਸੀਂ ਆਪ ਹੀ ਸੋਚ ਕੇ ਦੇਖ ਸਕਦੇ ਹੋ ਕਿ ਕਿੰਨਾ ਕੁ ਸਤਿਕਾਰ ਹੈ ਉਹਨਾਂ ਦੇ ਦਿਲ 'ਚ ਸਾਡੇ ਲਈ। ਤਾਂ ਸਾਨੂੰ ਕੋਈ ਰਣਨੀਤੀ ਬਣਾਉਣ ਦੀ ਲੋੜ ਨਹੀਂ, ਕੋਈ ਪਲੈਨਿੰਗਾਂ ਕਰਨ ਦੀ ਪਿੰਡਾਂ 'ਚ ਲੋੜ ਨਹੀਂ। ਲੋੜ ਸਿਰਫ ਇੱਕੋ ਹੀ ਗੱਲ ਦੀ ਹੈ ਕਿ ਸ਼ੰਭੂ ਮੋਰਚੇ ਦੇ ਟਿੱਕਰੀ ਬਾਰਡਰ 'ਤੇ, ਗਾਜ਼ੀਪੁਰ ਬਾਰਡਰ 'ਤੇ ਹੋਰ ਕਿਸੇ ਚੀਜ਼ ਦੀ ਘਾਟ ਨਹੀਂ। ਜੇ ਘਾਟ ਹੈ ਤਾਂ ਸਿਰਫ ਭਾਈਚਾਰੇ ਦੀ ਅਤੇ ਇਕੱਠ ਦੀ ਘਾਟ ਹੈ। ਸਾਨੂੰ ਦੁਬਾਰੇ ਕੂਚ ਕਰਨਾ ਪਊਗਾ, ਚਾਹੇ ਤੁਸੀਂ ਝੋਨਾ ਬੀਜ ਕੇ ਦੁਬਾਰੇ ਜਾ ਵੜੋ, ਚਾਹੇ ਪਹਿਲਾਂ ਬਾਰੀਆਂ ਬਣਾ ਲਓ। ਉਦੋਂ ਤੱਕ ਇਹ ਮਸਲਾ ਸਾਡਾ ਹੱਲ ਹੋਣ ਦੇ ਗੰਢੇ 'ਤੇ ਨਹੀਂ ਆਊਗਾ ਜਦੋਂ ਤੱਕ ਅਸੀਂ ਲੱਖਾਂ ਦੀ ਗਿਣਤੀ 'ਚ ਦੁਬਾਰੇ ਉੱਥੇ ਇਕੱਠ ਨਹੀਂ ਕਰਾਂਗੇ। ਇੱਕ ਵਾਰੀ ਅਸੀਂ ਸਭ ਨੇ ਰਲ ਕੇ ਜ਼ੋਰ ਮਾਰਿਆ, ਅਸੀਂ ਮੰਨਦੇ ਹਾਂ ਉਹਦੇ 'ਚ ਗੌਰਮੈਂਟ ਨੇ ਸਾਡੇ 'ਤੇ ਉਲਟਾ ਪੱਤਾ ਸਿੱਟਤਾ, ਚਾਹੇ ਧਰਮ ਦਾ ਪੱਤਾ ਸਿੱਟਤਾ, ਚਾਹੇ ਜਥੇਬੰਦੀਆਂ ਵਰਸਸ ਕਾਮਰੇਡ ਕਰਤਾ, ਚਾਹੇ ਨੌਜਵਾਨੀ 'ਚ ਪੜਾ ਪਾਤੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਹੁਣ ਅਸੀਂ ਦੁਬਾਰੇ ਕੋਈ ਕੋਸ਼ਿਸ਼ ਨਹੀਂ ਕਰਾਂਗੇ। ਬਥੇਰਾ ਸਭ ਨੂੰ ਕਹਿੰਦੇ ਹਾਂ ਵੀ ਯਾਰ ਜਦੋਂ ਮੁੱਦਾ ਸਭ ਦਾ ਇੱਕ ਹੈ, ਜਦੋਂ ਜਾਣਾ ਸਭ ਨੇ ਦਿੱਲੀ ਇਕੱਠ ਕਰਨਾ ਹੈ, ਤਾਂ ਫਿਰ ਵੱਖ ਵੱਖ ਕਿਉਂ ਹੈ, ਸਾਰੇ ਰਲ ਕੇ ਚੱਲ ਲਈਏ। ਇਹ ਗੱਲ ਸਾਡੇ ਅੱਜ ਤੱਕ ਸਮਝ 'ਚ ਨਹੀਂ ਆਈ ਵੀ ਕਹਿੰਦੇ ਸਾਰੇ ਹੀ ਨਹੀਂ ਇਹ ਗੱਲ ਵੀ ਅਸੀਂ ਇੱਕਾਂ ਪਰ ਵਿੱਚੋਂ ਇੱਕ ਕੋਈ ਵੀ ਨਹੀਂ ਜਿਹਨੂੰ ਫੋਨ ਕਰ ਲਈਏ ਵੀ ਭਾਈ ਆਪਾਂ ਰਲ ਕੇ ਚੱਲੀਏ। ਨਹੀਂ ਜੀ, ਸਾਡੇ ਤਾਂ ਇੱਧਰ ਐਂ ਚੱਲਦਾ, ਸਾਡੇ ਤਾਂ ਉੱਧਰ ਇਹ ਚੱਲਦਾ, ਸਾਨੂੰ ਅਸੀਂ ਇਹਨਾਂ ਚੀਜ਼ਾਂ 'ਚ ਪੈਣਾ ਵੀ ਨਹੀਂ ਚਾਹੁੰਦੇ। ਪਰ ਠੀਕ ਹੈ, ਆਪਣੇ ਪੱਧਰ 'ਤੇ ਆਪਣੇ ਆਪਣੇ ਹਲਕੇ 'ਚ ਹਰ ਇੱਕ ਬੰਦਾ ਕੰਮ ਕਰ ਰਿਹਾ। ਹੁਣ ਇੱਕ ਦੂਜੇ 'ਤੇ ਦੂਸ਼ਣਬਾਜ਼ੀਆਂ ਬਿਆਨਬਾਜ਼ੀਆਂ ਕਰ ਰਹੇ ਆ, ਕਿਉਂ ਕਰ ਰਹੇ ਆ, ਇਹ ਵੀ ਸਾਡੇ ਸਮਝ ਤੋਂ ਬਾਹਰ ਹੈ। ਉਹਦੇ 'ਚ ਤਾੜੀ ਹੈ ਜਿਹੜੀ ਦੋ ਹੀ ਹੱਥਾਂ ਨਾਲ ਵੱਜਦੀ ਹੈ। ਮੋਰਚੇ ਵਾਲੇ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਖਾਮੀਆਂ ਉਹਨਾਂ 'ਚ ਵੀ ਹੋਣਗੀਆਂ ਜੇ ਨੌਜਵਾਨ ਰੁੱਸੇ ਆ। ਤਾਂ ਨੌਜਵਾਨ ਹੁਣ ਇੰਨੇ ਪੜਾਵਾਂ 'ਚ ਆ ਗਏ, ਉਹ ਕਈ ਵਾਰੀ ਸਵਾਲ ਕਰ ਲੈਂਦੇ ਬਾਈ ਹੁਣ ਸਮਝ ਨਹੀਂ ਲੱਗਦੀ ਜਾਈਏ ਤਾਂ ਜਾਈਏ ਕਿਹੜੇ ਪਾਸੇ, ਬੰਦੀ ਬਹੁਤ ਨੇ ਜਿਹੜੇ ਆਗੂ ਲੀਡ ਕਰ ਰਹੇ ਆ। ਤਾਂ ਸਾਡਾ ਸਿਰਫ ਇਹੀ ਮੁੱਦਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਹੋਏ ਹਾਂ ਪਹਿਲੇ ਦਿਨ ਤੋਂ, ਅੱਜ ਤੋਂ ਨਹੀਂ, ਜਦੋਂ ਦਾ ਇੱਥੇ ਸ਼ੰਭੂ ਮੋਰਚਾ ਲੱਗਿਆ ਪਹਿਲੇ ਦਿਨ ਤੋਂ, 25 ਤਰੀਕ ਨੂੰ ਮੋਰਚਾ ਲੱਗਿਆ ਅਤੇ 27 ਤਰੀਕ ਨੂੰ ਸਾਡੇ ਸਮੁੱਚੇ ਕਲਾਕਾਰ ਵਰਗ ਨੇ ਇਹ ਸਮਰਥਨ ਉਸ ਸੰਯੁਕਤ ਮੋਰਚੇ ਨੂੰ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਜਥੇਬੰਦੀਆਂ ਨੂੰ, ਅਤੇ ਅਖੀਰਲੇ ਦਮ ਤੱਕ ਜਥੇਬੰਦੀਆਂ ਦੇ ਨਾਲ ਹੀ ਰਵਾਂਗੇ। ਹੁਣ 11 ਵਾਰੀ ਜਾ ਕੇ ਮੁੜਿਆ ਵਿਚਾਰਿਆਂ ਦੀ ਪੇਸ਼ ਉਹਨਾਂ ਦੀ ਵੀ ਨਹੀਂ ਚੱਲਦੀ। ਜੀ ਤਾਂ ਉਹਨਾਂ ਦਾ ਵੀ ਬਹੁਤ ਕਰਦਾ ਕਿ ਹੱਲ ਕਰਾ ਦਈਏ, ਪਰ ਸਰਕਾਰਾਂ ਇੰਨੀਆਂ ਨਕੰਮੀਆਂ ਨੇ। ਇੱਥੇ ਫੇਲੀਅਰ ਸਾਡਾ ਨਹੀਂ, ਕਿਸਾਨੀ ਦਾ ਨਹੀਂ, ਇੱਥੇ ਫੇਲੀਅਰ ਬਹੁਤ ਵੱਡਾ ਸਰਕਾਰਾਂ ਦਾ, ਜਿਹੜੇ ਸਾਡੀ ਗੱਲ ਹੀ ਨਹੀਂ ਸੁਣਦੇ। ਸੋ ਗੱਲ ਕਿਵੇਂ ਸੁਣਨਗੇ? ਉਹ ਤਾਂ ਹੀ ਸੁਣਨਗੇ ਜੇ ਆਪਾਂ ਵੱਡੇ ਇਕੱਠ ਕਰਕੇ ਪਿੰਡਾਂ 'ਚੋਂ ਦੁਬਾਰੇ ਉਹਨਾਂ ਬਾਰਡਰਾਂ ਵੱਲ ਨੂੰ ਵਧਾਂਗੇ। ਇੰਨੀ ਬੇਨਤੀ ਕਰਨ ਆਪ ਜੀ ਦੇ ਨਗਰ 'ਚ ਪਹੁੰਚੇ ਸੀ। ਨਿਸ਼ਾਨ ਸਾਡਾ ਬਹੁਤ ਮਿਹਨਤੀ ਭਰਾ, ਬਹੁਤ ਚਿਰ ਦਾ ਕਿਸਾਨੀ ਨਾਲ ਜੁੜਿਆ, ਸ਼ੰਭੂ ਮੋਰਚੇ 'ਤੇ ਵੀ ਲਗਾਤਾਰ ਜਿੰਨਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਿਆਉਣ 'ਚ ਵੀਰ ਨੇ ਯੋਗਦਾਨ ਪਾਇਆ, ਅਤੇ ਹੁਣ ਵੀ ਲਗਾਤਾਰ ਕਿਸਾਨੀ ਦੇ ਨਾਲ ਜੁੜਿਆ। ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ ਹੋ, ਸਾਰੇ ਨਗਰ ਦਾ, ਸਮੁੱਚੀ ਪੰਚਾਇਤ ਦਾ, ਸਾਡੇ ਬਜ਼ੁਰਗ, ਸਾਡੇ ਨੌਜਵਾਨ ਵੀਰ ਬੈਠੇ ਆ। ਤੁਹਾਡੀ ਸ਼ਾਨ ਦੇ ਖਿਲਾਫ ਕੋਈ ਵੀ ਗੱਲ ਵੱਧ ਘੱਟ ਕਹੀ ਗਈ ਹੋਵੇ ਤਾਂ ਤੁਹਾਡੇ ਤੋਂ ਛੋਟੇ ਹਾਂ, ਦੋ ਹੀ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਦਿੱਲੀ ਨੂੰ ਜ਼ਰੂਰ ਇਹ ਗੌਰ ਕਰਿਓ, ਵਿਚਾਲੇ ਪਾਇਓ, ਇੱਕ ਦੋ ਨਾਰੇ ਆਪਾਂ ਜਾਂਦੇ ਜਾਂਦੇ ਲਾਵਾਂਗੇ, ਉਸ ਤੋਂ ਬਾਅਦ ਤੁਹਾਡੇ ਤੋਂ ਆ ਗਿਆ। ਸਤਿ ਸ਼੍ਰੀ ਅਕਾਲ ਕਿਸਾਨ ਮਜ਼ਦੂਰ ਏਕਤਾ, ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ, ਜਿੰਦਾਬਾਦ ਨੌਜਵਾਨ ਏਕਤਾ, ਜਿੰਦਾਬਾਦ ਕਾਲੇ ਕਾਨੂੰਨ, ਕਾਲੇ ਕਾਨੂੰਨ ਮੋਦੀ ਸਰਕਾਰ, ਮੁਰਦਾਬਾਦ ਮੋਦੀ ਸਰਕਾਰ, ਮੁਰਦਾਬਾਦ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।